चैनल सब्सक्राइब नो डोंट आज यूएसए डंकी ला के कुछ मैक्सिकन ते कुछ कोलंबिया दा जां 10 तो 12 कंट्रीयां दे बंदे ने जो कि यूएसए दे विच एंटर होए ने 250 तो 300 बंदा अरेस्ट करया यूएसए पुलिस ने बरसां 10 तो 12 बरसां आईयां होईयां ने जो कि इन्हां नूं गिरफ्तार करके फिर लैके जाणगे इन्हां नूं चौंकी दे विच पहलां फिर इन्हां चौंकी तों बाद कैंप दे विच चौकी दे विच ओह बंदिआं नूं रख्या जांदा जिहड़े बंदे भी उत्थों छड्ड दित्ते जाणगे ते कैंप दे विच ओह बंदिआं नूं भेज दित्ता जांदा जिहड़े बंदिआं दा भी टाइम लगेगा साल तों 6 महीने दे विच विच कैंप दे विच टाइम लगदा गा ਤੁਸੀਂ 6 ਮਹੀਨਿਆਂ ਤੋਂ ਪਹਿਲਾਂ ਤਾਂ ਜੇ ਕੈਂਪ ਦੇ ਵਿੱਚ ਜਾ ਵੜੇ ਨਿਕਲ ਹੀ ਨਹੀਂ ਸਕਦੇ ਕਿਸੇ ਵੀ ਤਰੀਕੇ ਨਾਲ ਕੈਂਪ ਦੇ ਵਿੱਚ ਹੀ ਰਹਿ ਕੇ ਗਰੰਟਰ ਭਾਲਣਾ ਪੈਂਦਾ ਜੋ ਕਿ ਤੁਹਾਨੂੰ ਏਜੰਟ ਨਾਲ ਗੱਲ ਕਰਕੇ ਮਿਲਦਾ ਏਜੰਟ ਨਾਲ ਤੁਸੀਂ ਉੱਥੋਂ ਫੋਨ 'ਤੇ ਗੱਲ ਕਰ ਸਕਦੇ ਹੋ ਕੈਂਪ ਦੇ ਵਿੱਚੋਂ ਉਹਦੇ ਪੈਸੇ ਲੱਗਦੇ ਆ ਕੁਝ ਨਹੀਂ ਪੈਸੇ ਲੱਗਦੇ ਆ ਪਰ ਗੱਲ ਕਰ ਸਕਦੇ ਹੋ ਤੁਸੀਂ ਗਰੰਟਰ ਲੱਭ ਸਕਦੇ ਹੋ ਜਦੋਂ ਤੁਸੀਂ ਜੇ ਇੰਡੀਆ ਤੋਂ ਗਰੰਟਰ ਪਹਿਲਾਂ ਏਜੰਟ ਨਾਲ ਗੱਲ ਕਰਕੇ ਲੈ ਕੇ ਜਾਓ ਤਾਂ ਤੁਹਾਨੂੰ 4-5 ਲੱਖ ਰੁਪਏ ਜਾਂ 2 ਲੱਖ ਰੁਪਏ ਵਿੱਚ ਵੀ ਮਿਲ ਜਾਂਦਾ ਜੇ ਜੇਲ੍ਹ ਦੇ ਵਿੱਚ ਤੁਸੀਂ ਗਰੰਟਰ ਨੂੰ ਅਪਲਾ ਲੱਭਦੇ ਹੋ ਤਾਂ ਤੁਹਾਡੇ ਤੋਂ 5-6 ਜਾਂ 7 ਲੱਖ ਰੁਪਇਆ ਵੀ ਲਿਆ ਜਾਂਦਾ ਕਿਉਂਕਿ ਤੁਸੀਂ ਫਸੇ ਹੁੰਦੇ ਹੋ ਤੁਹਾਡੀ ਮਜਬੂਰੀ ਹੁੰਦੀ ਹੈ ਵੀ ਕਿਸੇ ਵੀ ਤਰੀਕੇ ਨਾਲ ਅਸੀਂ ਯੂਐਸਏ ਦੇ ਵਿੱਚ ਰਹਿਣ ਯੋਗ ਹੋ ਜਾਈਏ ਜੋ ਕਿ ਸਾਡੇ ਪੈਸੇ ਲੱਗੇ ਨੇ 35-40 ਲੱਖ 40-45 ਲੱਖ ਦੇ ਵਿੱਚ ਤੁਹਾਡੀਆਂ ਜਦੋਂ ਜੱਜ ਦੇ ਮੂਹਰੇ ਤਰੀਕਾਂ ਪੈਂਦੀਆਂ ਨੇ ਤਾਂ ਜਿਹੜਾ ਤੁਹਾਡਾ ਟਰਾਂਸਲੇਟਰ ਹੁੰਦਾ ਤੁਸੀਂ ਇੱਦਾਂ ਨਾ ਸਮਝ ਲਿਓ ਵੀ ਇਹ ਪੰਜਾਬੀ ਆ ਤਾਂ ਤੁਹਾਡੀ ਕੋਈ ਮਦਦ ਕਰ ਸਕਦਾ ਗਾ ਉਹ ਤੁਹਾਡੀ ਕੋਈ ਵੀ ਮਦਦ ਨਹੀਂ ਕਰੂਗਾ ਕਿਉਂਕਿ ਉਹ ਹੁਣ ਨਾਗਰਿਕਤਾ ਲੈ ਚੁੱਕਿਆ ਗਾ ਅਮੈਰੀਕਾ ਦੀ ਉਹ ਤੁਹਾਡੀ ਕੋਈ ਵੀ ਮਦਦ ਨਹੀਂ ਕਰਦਾ ਉਹ ਅਮੈਰੀਕਾ ਦਾ ਹੀ ਹੈਗਾ ਹੁਣ ਆਪਣੇ ਇੰਡੀਆ ਦਾ ਉਹਦੇ ਵਿੱਚ ਕੁਝ ਵੀ ਨਹੀਂ ਰਿਹਾ ਉਹ ਤਾਂ ਤੁਸੀਂ ਇੱਦਾਂ ਸਮਝ ਕੇ ਕੁਝ ਵੀ ਨਾ ਬੋਲਿਓ ਤੁਹਾਡੀ ਕੋਈ ਮਦਦ ਕਰੂਗਾ ਜੋ ਕੁਛ ਵੀ ਹੈਗਾ ਤੁਸੀਂ ਸੱਚੋ ਸੱਚ ਦੱਸ ਦੇਣਾ ਜੇ ਝੂਠ ਮਾਰੋਗੇ ਤਾਂ ਤੁਸੀਂ ਫਸ ਸਕਦੇ ਹੋ ਫਿਰ ਤੁਹਾਡੀ ਤਰੀਕ ਅੱਗੇ ਪੈ ਸਕਦੀ ਹੈ ਤੁਹਾਡੇ 'ਤੇ ਕੇਸ ਵੀ ਪੈ ਸਕਦਾ ਫਿਰ ਤੁਹਾਨੂੰ ਡਿਪੋਰਟ ਵੀ ਕਰ ਸਕਦੇ ਹੈ ਇੱਦਾਂ ਦੀਆਂ ਬਹੁਤ ਗੱਲਾਂ ਹੁੰਦੀਆਂ ਜੋ ਤੁਸੀਂ ਜੱਜ ਦੇ ਮੂਹਰੇ ਨਹੀਂ ਦੱਸਣੀਆਂ ਹੁੰਦੀਆਂ ਸੱਚੋ ਸੱਚ ਹੀ ਦੱਸੋ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੇ ਤੁਸੀਂ ਝੂਠ ਬੋਲੋਗੇ ਤਾਂ ਆਹ ਦੇਖ ਲਓ ਜਿੱਦਾਂ ਆਹ ਫਿਰਦੇ ਆ ਇੱਦਾਂ ਹੀ ਤੁਸੀਂ ਫਿਰਦੇ ਰਹਿਣਾ ਉੱਥੇ ਕੈਂਪ ਇੱਦਾਂ ਹੀ ਕੈਂਪ ਹੁੰਦੇ ਨੇ ਵੀ ਜਿੱਦਾਂ ਕੈਂਪ ਦੇ ਵਿੱਚ ਹੁੰਦੇ ਨੇ ਇੱਦਾਂ ਹੀ ਕੈਂਪ ਹੁੰਦਾ ਕੈਂਪਾਂ ਦੇ ਵਿੱਚ ਝੋਪੜੀਆਂ ਜਿਹੀਆਂ ਬਣੀਆਂ ਹੁੰਦੀਆਂ ਕੈਂਪ ਲੱਗੇ ਹੁੰਦੇ ਆ ਕੱਪੜੇ 'ਤੇ ਬਣਾ ਕੇ ਜੋ ਕੈਂਪ ਹੁੰਦੇ ਉੱਦਾਂ ਪਰ ਆਹ ਹੁਣ ਚੌਂਕੀ ਦੇ ਵਿੱਚ ਇਹਨਾਂ ਨੂੰ ਲੈ ਆਏ ਨੇ ਆਹ ਚੌਂਕੀ ਆ ਦੇਖ ਲਓ ਚੌਂਕੀ ਦੇ ਵਿੱਚ ਇਹਨਾਂ ਨੂੰ ਭੇਜ ਰਹੇ ਨੇ ਚੌਂਕੀ ਦੇ ਵਿੱਚੋਂ ਇਹਨਾਂ ਨੂੰ ਉਹ ਬੰਦਿਆਂ ਨੂੰ ਛੱਡ ਦਿੱਤਾ ਜਾਊਗਾ ਜਿਹੜੇ ਬੰਦੇ ਮਾੜੇ ਮੋਟੇ ਡਾਕੂਮੈਂਟ ਹੋਣਗੇ ਜਾਂ ਮੈਕਸੀਕਨ ਹੋਣਗੇ ਮੈਕਸੀਕਨ ਨੂੰ ਬਹੁਤ ਜ਼ਿਆਦਾ ਛੱਡ ਦਿੱਤਾ ਜਾਂਦਾ ਇਹਨਾਂ ਨੂੰ ਡਿਪੋਰਟ ਬਹੁਤ ਜ਼ਿਆਦਾ ਘੱਟ ਕੀਤਾ ਜਾਂਦਾ ਆਪਣੇ ਇੰਡੀਅਨ ਨੂੰ ਬਹੁਤ ਜ਼ਿਆਦਾ ਡਿਪੋਰਟ ਕੀਤਾ ਜਾਂਦਾ ਅਤੇ ਇੱਕ ਹਰਿਆਣੇ ਦੇ ਬੰਦਿਆਂ ਨੂੰ ਵੀ ਬਹੁਤ ਜ਼ਿਆਦਾ ਘੱਟ ਡਿਪੋਰਟ ਕੀਤਾ ਜਾਂਦਾ ਇਹ ਗੱਲ ਹੁਣ ਪਤਾ ਲੱਗਿਆ ਵੀ ਡਿਪੋਰਟ ਹਰਿਆਣੇ ਦੇ ਬੰਦੇ ਬਹੁਤ ਜ਼ਿਆਦਾ ਘੱਟ ਹੁੰਦੇ ਆ ਆਪਣੇ ਪੰਜਾਬੀ ਹੁਣ ਬਹੁਤ ਜ਼ਿਆਦਾ ਡਿਪੋਰਟ ਹੋਣ ਲੱਗ ਗਏ ਕਿਉਂਕਿ ਆਪਣੇ ਪੰਜਾਬੀ ਬਹੁਤ ਜ਼ਿਆਦਾ ਜਾ ਚੁੱਕੇ ਨੇ ਅਮੈਰੀਕਾ ਦੇ ਵਿੱਚ ਪਹਿਲਾਂ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਬਹੁਤ ਜ਼ਿਆਦਾ ਬਾਰਡਰ ਕਰੋਸ ਕਰਕੇ ਉਦੋਂ ਇੰਨੀ ਜ਼ਿਆਦਾ ਸਿਕਿਉਰਟੀ ਨਹੀਂ ਹੁੰਦੀ ਸੀਗੀ ਅਮੈਰੀਕਾ ਦੀ ਪਰ ਹੁਣ ਬਹੁਤ ਜ਼ਿਆਦਾ ਸਿਕਿਉਰਟੀ ਅਮੈਰੀਕਾ ਦੀ ਜੋ ਕਿ ਤੁਹਾਨੂੰ 5 ਮਿੰਟ ਵਿੱਚ ਅਰੈਸਟ ਕਰਕੇ ਅਤੇ ਚੌਂਕੀ ਦੇ ਵਿੱਚ ਲੈ ਜਾਂਦੇ ਨੇ ਹੁਣ ਤਾਂ ਥੋੜ੍ਹਾ ਬਹੁਤਾ ਅਮੈਰੀਕਾ ਦੀ ਪੁਲਿਸ ਧੱਕਾ ਵੀ ਕਰਦੀ ਹੈ ਥੋੜ੍ਹੇ ਮੋਟੇ ਧੱਕੇ ਮੁੱਕੇ ਵੀ ਮਾਰਦੀ ਆ ਮੁੱਕੀਆਂ ਮਾਕੀਆਂ ਮਾਰ ਕੇ ਤੁਹਾਨੂੰ ਗੱਡੀ ਦੇ ਵਿੱਚ ਬਿਠਾਉਂਦੇ ਆ ਜੇ ਤੁਸੀਂ ਨਹੀਂ ਉਹਨਾਂ ਦੀ ਗੱਲ ਮੰਨਦੇ ਤਾਂ ਤੁਹਾਨੂੰ ਥੋੜ੍ਹਾ ਬਹੁਤਾ ਟੋਰਚਰ ਵੀ ਕੀਤਾ ਜਾਂਦਾ ਇਹ ਗੱਲਾਂ ਪਰ ਆਪਣੇ ਕਈ ਬੰਦੇ ਜੋ ਵੀਡੀਓ ਦੇਖਦੇ ਝੂਠ ਮਾਰ ਰਿਹਾ ਤੂੰ ਵੀ ਤੂੰ ਫੇਕ ਆ ਸਭ ਕੁਝ ਵੀਰੇ ਕੁਝ ਵੀ ਫੇਕ ਨਹੀਂ ਹੈਗਾ ਇਹ ਸਾਰੀਆਂ ਰੀਅਲ ਗੱਲਾਂ ਨੇ ਅਤੇ ਵਿੱਚ ਭਰਾ ਕਹਿੰਦੇ ਜਿਹੜੇ ਯੂਐਸਏ ਡੌਂਕੀ ਲਾਉਂਦੇ ਤੂੰ ਉਹਨਾਂ ਨੂੰ ਲਾਉਣ ਨਹੀਂ ਦਿੰਦਾ ਮੈਂ ਕਿਹਾ ਬਾਈ ਮੈਂ ਕਿਸੇ ਨੂੰ ਨਹੀਂ ਰੋਕਦਾ ਨਹੀਂ ਅਤੇ ਜਿਹੜੇ ਲਾ ਰਹੇ ਆ ਉਹਨਾਂ ਨੂੰ ਰੋਕ ਰਿਹਾ ਵੀ ਤੁਸੀਂ ਨਾ ਆਪਦਾ ਪੈਸਾ ਬਰਬਾਦ ਕਰੋ ਇੰਡੀਆ ਦੇ ਵਿੱਚ ਰਹਿ ਕੇ ਆਪਦੀ ਲਾਈਫ ਸੈਟਲ ਕਰੋ ਵੀ ਇੱਥੇ ਕੁਝ ਵੀ ਨਹੀਂ ਹੈਗਾ ਅਮੈਰੀਕਾ ਦੇ ਵਿੱਚ ਵੀ ਥੋੜ੍ਹੀ ਬਹੁਤੀ ਬੇਰੁਜ਼ਗਾਰੀ ਹੈਗੀ ਆ ਇੱਥੇ ਵੀ ਬਹੁਤ ਜ਼ਿਆਦਾ ਨਸ਼ੇ ਨੇ ਬਚੋ ਨਸ਼ਿਆਂ ਤੋਂ ਬਚੋ ਅਤੇ ਡੌਂਕੀ ਨਾ